लोग गायक बने मुछ टंडे कद्दू बेच फसाए डंडे हेंगे टंग दी बां ते बां दी टंग है सुर तो बार पाड़ दे संग है कहण दगाना गाउंदे हेंगे पिंडों शहरों लभ के नाल दी कुड़ी ले आउंदे हेंगे जानन सुर ना जानन ताल आखण जोड़ी बड़ी कमाल हेंगे ਚੱਕਾ ਲਵੇ ਪਨੀਰੀ ਹੁਣਦੀ ਏ ਕੋਈ ਗੀਤ ਗੂਤ ਨੀ ਸੁਣਦੀ ਵੇਖੇ ਝਲਕ ਜਨਾਨੀ ਦੀ ਦਿਨ ਕਲ ਯੁਗ ਦੇ ਮਾੜੇ ਵੱਧ ਗਈ ਕਾਰ ਸ਼ੈਤਾਨੀ ਦੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਕੋਲ ਕਲ ਯੁਗ ਆ ਗਿਆ ਤਾਂ ਮਰਦਾਨਾ ਜੀ ਕਹਿੰਦੇ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਮਰਦਾਨਿਆ ਵੀ ਕਲ ਯੁਗ ਤਾਂ ਹਲੇ ਬਚਪਨ ਚ ਆ ਹਲੇ ਤਾਂ ਜਵਾਨੀ ਜਾਊਗਾ ਫਿਰ ਇਹਦੇ ਰੰਗ ਦੇਖੀ आम तौर पर वह जट न हथियारों का शौकीन ललकारे मारने वाला दिखाया जाता पर असल किसान दी चीक निकलिया पईयां ने माड़े गीत जिहड़े ने जां फिर गीतां दे बोल जिहड़े ने वो साडी नौजवानी नूं साडे छोटे बच्चियां दी सोच नूं जिहड़ा खोखला कर रहे ने सो इस बारे तुसीं की सोचते हो भंडण वाले भी माड़े गीत मशहूर कर देंदे ने मन्नदे हो इस गल नूं सारिआं नालों ज़्यादा मकबूल बन गई कली आ जी खीर दीआं कलियां साडे लुधियाणे जिले के हजूरा सिंह ਗਰੇਵਾਲ ਬਟਾਰੀ ਹੋਏ ਨੇ ਬਟਾਰੀ ਪਿੰਡ ਉਹਨਾਂ ਨੇ 996 ਕਲੀਆਂ ਚ ਖੀਰ ਲਿਖੀ ਅੱਛਾ ਲੰਮੀ ਬਦਲੀ ਨੌ ਨੌ ਝੂਟੇ ਖਾ ਕੇ ਤੁਰਦੀ ਆ ਮੈਂ ਬਦਲੀ ਆਇਓ ਦੀ ਚਾਲ ਨੇ ਉਹਦੇ ਰੇਸ਼ਮੀ ਰੁਮਾਲ ਨੇ ਮੈਂ ਬਦਲੀ ਆਇਓ ਦੇ ਆਸੇ ਨੇ ਫੁੱਲੀਆਂ ਤੇ ਸੁਰਖ ਜਲਾਸੇ ਨੇ ਗੱਲ ਸੁਣ ਲਓ ਹੰਸ ਪੰਜਾਬ ਦਿਓ ਕਿਸੇ ਢੰਗ ਨਾਲ ਮੇਲੇ ਪਿਛੜੀਆਂ ਰੂਹਾਂ ਦੇ ਮੁਸ਼ਕੀ ਰੰਗ ਬਰੋਬਰ ਬਿਜਲੀ ਦੀ ਚਮਕਾਰੀ ਸ਼ੀਸ਼ ਲਮੇਰਾ ਗਰਦਨ ਕੂਝ ਕਲੈਰੀ ਮੋਰ ਦੀ ਮਿਲਕ ਮਮੋਲੇ ਨੈਣ ਸਾਰ ਦੀ ਕਟਾਰੀ ਸਤਿ ਅਕਾਲ ਪ੍ਰਾਈਮ ਏਸ਼ੀਆ ਟੀ ਵੀ ਦੇ ਨਾਲ ਤੁਸੀਂ ਬਣੇ ਹੋਏ ਹੋ ਮੈਂ ਹਾਂ ਸੁੱਖ ਸੋਹਲ ਸੋ ਪੰਜਾਬੀ ਵਿਰਾਸਤੀ ਸੰਗੀਤ ਦੇ ਅੱਜ ਇਹ ਰੰਗ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲਣਗੇ ਅਤੇ ਉਮੀਦ ਕਰਦਾ ਚੱਲਾਂਗਾ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਚਲੋਗੇ ਸੋ ਇਹਨਾਂ ਰੰਗਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਜ਼ਿਲ੍ਹੇ ਦੇ ਉਸ ਪਿੰਡ ਦੇ ਵਿੱਚ ਜਿਸ ਪਿੰਡ ਬਾਰੇ ਇਹ ਆਖਿਆ ਜਾਂਦਾ ਕਿ ਚੱਲ ਚੱਲੀਏ ਜਰਗ ਦੇ ਮੇਲੇ ਕਿ ਮੁੰਡਾ ਤੇਰਾ ਮੈਂ ਚੱਕ ਲੂੰ ਸੋ ਪਿੰਡ ਜਰਗ ਦੇ ਵਿੱਚ ਹਾਂ ਅਸੀਂ ਇੱਕ ਵੱਡੀ ਬਹਿਸ ਇਸ ਵੇਲੇ ਸੋਸ਼ਲ ਮੀਡੀਆ ਤੋਂ ਲੈ ਕੇ ਸੱਥਾਂ ਦੇ ਵਿੱਚ ਵਟਸਐਪ ਗਰੁੱਪਾਂ ਦੇ ਵਿੱਚ ਚੱਲ ਰਹੀ ਹੈ ਕਿ ਮਾੜਾ ਸੰਗੀਤ ਜਿਹੜਾ ਹੈ ਸਾਡੇ ਨੌਜਵਾਨਾਂ ਨੂੰ ਖਰਾਬ ਕਰ ਰਿਹਾ ਹੈ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਸਾਡੀ ਕੋਸ਼ਿਸ਼ ਅਜਿਹੀ ਬਹਿਸ ਨੂੰ ਛੱਡ ਕੇ ਕੁਝ ਚੰਗਾ ਤੁਹਾਡੇ ਤੱਕ ਪਰੋਸਣ ਦੀ ਹੈ ਅਤੇ ਇਸੇ ਦੇ ਚੱਲਦੇ ਅੱਜ ਅਸੀਂ ਪਹੁੰਚੇ ਹਾਂ ਨਵਜੋਤ ਸਿੰਘ ਮੰਡੇਰ ਹੋਣਾ ਦੇ ਕੋਲ ਉਹਨਾਂ ਦੀ ਪੂਰੀ ਟੀਮ ਦੇ ਨਾਲ ਪੰਜਾਬੀ ਲੋਕ ਰੰਗਾਂ ਦੀਆਂ ਗੱਲਾਂ ਬਾਤਾਂ ਕਰਦੇ ਚੱਲਾਂਗੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲਾਂ ਤਾਂ ਬਹੁਤ ਵਧੀਆ ਲੱਗਾ ਇੱਕ ਵਿਰਾਸਤੀ ਪਹਿਰਾਵਾ ਅਤੇ ਦੂਸਰਾ ਕਹਿ ਲਈਏ ਕਿ ਸੰਗੀਤ ਅਤੇ ਸਾਜ਼ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਸ਼ਾਨ ਬਣਾਇਆ ਹੋਇਆ ਸੋ ਕਦੋਂ ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਹੋ ਇਹਨਾਂ ਸਾਜ਼ਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਜਿਹੜਾ ਸਾਡਾ ਪਿੰਡ ਆ ਜੀ ਜਰਗ ਜੀ ਜਰਗ ਦਾ ਮੇਲਾ ਜਿਵੇਂ ਤੁਸੀਂ ਜ਼ਿਕਰ ਕਰਿਆ ਹਾਂਜੀ ਮਸ਼ਹੂਰ ਆ ਇਸ ਜਰਗ ਦੇ ਮੇਲੇ 'ਤੇ ਵਿਰਾਸਤੀ ਗਾਇਕੀ ਦੇ ਅਖਾੜੇ ਨੇ ਜਿਹੜੇ ਉਹ ਲੱਗਦੇ ਨੇ ਬਚਪਨ ਤੋਂ ਲੈ ਕੇ ਹੀ ਕਿਉਂਕਿ ਪਿੰਡ ਦੇ ਵਿੱਚ ਅਸੀਂ ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਮੇਰੇ ਪਿਤਾ ਸਵਰਗਵਾਸੀ ਪ੍ਰਿੰਸੀਪਲ ਹਰਦੇਵ ਸਿੰਘ ਉਹ ਸਰਪੰਚ ਰਹੇ ਪਿੰਡ ਦੇ ਲੰਬੇ ਸਮੇਂ ਜਿਹੜੇ ਗਾਇਕ ਖਾੜੇ ਦੇ ਵਿੱਚ ਗਾਉਂਦੇ ਸੀ ਸ਼ਾਮ ਨੂੰ ਕਿਉਂਕਿ ਹੁਣ ਤਾਂ ਸਾਧਨ ਹੈ ਗਵਾਈਆਂ ਕੋਲ ਉਦੋਂ ਨਹੀਂ ਸੀ ਹੁੰਦੇ ਉਹ ਸਾਰਿਆਂ ਦਾ ਜਿਹੜਾ ਸ਼ਾਮ ਨੂੰ ਜਿਹੜਾ ਖਾਣ ਪਾਣ ਦਾ ਪ੍ਰਬੰਧ ਸੀ ਉਹ ਸਾਨੂੰ ਸੇਵਾ ਦਾ ਮੌਕਾ ਮਿਲਦਾ ਸੀ ਅਤੇ ਇੱਥੇ ਆ ਕੇ ਵੀ ਦੁਬਾਰਾ ਉਹ ਅਖਾੜਾ ਸਾਜ ਜਾਂਦਾ ਸੀ
ਜਿਹੜੇ ਗਵਈਏ ਅਖਾੜੇ 'ਚ ਇੱਕ ਦੂਜੇ ਨਾਲ ਅੜ ਕੇ ਵੀ ਗਾਉਂਦੇ ਸੀ। ਇੱਥੇ ਉਹ ਇੱਕ ਇੱਕ ਦੁਬਾਰਾ ਮਹਿਫਲ ਲੱਗ ਜਾਂਦੀ ਸੀ, ਰਾਤ ਨੂੰ 10 ਵੱਜ ਜਾਂਦੇ, 11 ਵੱਜ ਜਾਂਦੇ, ਗਾਉਂਦੇ ਰਹਿਣਾ, ਪ੍ਰਸ਼ਾਦਾ ਪਾਣੀ ਛਕਦੇ ਰਹਿਣਾ, ਛਕਾਉਂਦੇ ਰਹਿਣਾ। ਉੱਥੋਂ ਤੋਂ ਲੈ ਕੇ ਜਿਹੜੀ ਮੈਨੂੰ ਇਹ ਚੇਟਕ ਲੱਗੀ, ਔਰ ਵੱਡਾ ਜਿਹੜਾ ਹੱਥ ਮੇਰੇ ਉੱਪਰ ਮੇਰੇ ਪਿਤਾ ਸਵਰਗਵਾਸੀ ਸਰਦਾਰ ਹਰਦੇਵ ਸਿੰਘ ਜੀ ਜਰਗ ਹੋਣਾ ਦਾ, ਉਹਨਾਂ ਨੂੰ ਵੀ ਬਹੁਤ ਸ਼ੌਕ ਸੀ। ਆਪਣੇ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦੇ ਆ, ਪੋਇਮ ਰੈਸੀਟੇਸ਼ਨ ਦੇ ਵਿੱਚ ਜਾਂ ਡੈਕਲਾਮੇਸ਼ਨ ਦੇ ਵਿੱਚ ਬਹੁਤ ਉਹਨਾਂ ਨੇ ਨਾਮ ਹਾਸਲ ਕਰੇ ਸੀ। ਉਹਨਾਂ ਨੂੰ ਰਾਸ਼ਟਰੀ ਗਾਇਕੀ ਦਾ ਸ਼ੌਕ ਸੀ। ਸਾਡੇ ਬਾਬੇ ਨੇ ਜਿਹੜੇ ਬਜ਼ੁਰਗ ਪੜਦਾਦੇ, ਉਹਨਾਂ ਬਾਰੇ ਵੀ ਕਿਹਾ ਜਾਂਦਾ ਸੀ ਵੀ ਅਖਾੜੇ 'ਚ ਉਹ ਜਾ ਕੇ ਗਵਈਆਂ ਨੂੰ ਟੋਕ ਦਿੰਦੇ ਸੀ ਵੀ ਆਹ ਲਾਈਨ 'ਤੇ ਇੱਥੋਂ ਗਲਤ ਬੋਲੀ। ਅੱਛਾ। ਭਾਵੇਂ ਕਿੱਤੇ ਦੇ ਤੌਰ 'ਤੇ ਕਿਸੇ ਨੇ ਵੀ ਨਾ ਬਾਬਿਆਂ ਪੜਦਾਦਿਆਂ ਨੇ ਨਾ ਪਿਤਾ ਨੇ ਅਪਣਾਇਆ, ਸ਼ੌਕ ਦੇ ਤੌਰ 'ਤੇ ਜ਼ਰੂਰ ਇਹ ਵਿਰਾਸਤੀ ਸੰਗੀਤ ਦਾ, ਵਿਰਾਸਤੀ ਸੰਗੀਤ ਨੂੰ ਅੱਗੇ ਵਧਾਉਣ ਦਾ, ਉਸਦੀ ਸੰਭਾਲ ਦਾ ਜਿਹੜਾ ਸੀ, ਉਹਨਾਂ ਦੇ ਮੇਰੇ ਪਿਤਾ ਦੇ ਆਸ਼ੀਰਵਾਦ ਸਦਕਾ ਮੈਂ ਇੱਧਰ ਲੱਗਿਆ। ਅਤੇ ਮੇਰੇ ਮੈਂ ਇੱਕ ਜਿਹੜਾ ਢੰਗ ਹੈ ਉਸਤਾਦੀ ਸ਼ਗਿਰਦੀ ਦਾ, ਉਸਦੇ ਅਨੁਸਾਰ ਸਵਰਗਵਾਸੀ ਗੁਰਨਾਮ ਸਿੰਘ ਗੋਪਾਲਪੁਰ ਜੀ ਆਪਣੇ ਸਮੇਂ ਦੇ ਬਹੁਤ ਅੱਛੇ ਜਿਹੜੇ ਸਰੰਗੀ ਵਾਦਕ ਸੀ, ਉਹਨਾਂ ਨੂੰ ਮੈਂ ਉਸਤਾਦ ਧਾਰਿਆ। ਉਹ ਸਾਡੇ ਉਹ ਸਮਾਗਮ ਦੇ ਵਿੱਚ ਉਸ ਸਮੇਂ ਜਿਹੜੇ ਸੱਭਿਆਚਾਰ ਦੇ ਪਿਤਾਮਾ ਕਹੇ ਜਾਣ ਵਾਲੇ ਸਰਦਾਰ ਜਗਦੇਵ ਸਿੰਘ ਜੀ ਜੱਸੋਵਾਲ ਸਾਹਿਬ ਹੋਣੀ ਅਤੇ ਪੰਜਾਬ ਦੇ ਸਾਰੇ ਹੀ ਜਿਹੜੇ ਵਿਰਾਸਤੀ ਲੋਕ ਗਾਇਕੀ ਜਾਂ ਲੋਕ ਢਾਡੀ ਕਲਾ ਨਾਲ ਜੁੜੇ ਹੋਏ ਗਵਈਏ ਨੇ ਸਾਰੇ ਉਸ ਮੰਗ 'ਚ ਆਏ ਸੀ। ਜਦੋਂ ਉਹਨਾਂ ਨੂੰ ਉਸਤਾਦੀ ਸ਼ਗਿਰਦੀ ਦੀ ਪਰੰਪਰਾਗਤ ਢੰਗ ਨਾਲ ਮੈਂ ਰਸਮ ਕਰੀ, ਉਹਨਾਂ ਨੂੰ ਪੱਗ ਦਿੱਤੀ ਗਈ। ਉਸ ਤੋਂ ਬਾਅਦ ਔਰ 91-92 ਦੇ ਵਿੱਚ ਮੈਂ ਗੌਰਮੈਂਟ ਕਾਲਜ ਮਲੇਰਕੋਟਲੇ ਪੜ੍ਹਦੇ ਹਾਂ, ਬੀ ਏ ਫਸਟ ਈਅਰ ਦਾ ਵਿਦਿਆਰਥੀ, ਜਿਵੇਂ ਇਹ ਬੱਚੇ ਫਸਟ ਈਅਰ 'ਚ ਮੇਰੇ ਕੋਲ ਆਏ ਨੇ, ਤਾਂ ਉਦੋਂ ਮੈਂ ਜਿਹੜਾ ਲੋਕ ਸਾਜ ਵਜਾਉਣ ਦੇ ਮੁਕਾਬਲਿਆਂ ਦੇ ਵਿੱਚ ਵੀ ਮੈਡਲ ਜਿੱਤਿਆ, ਪਹਿਲਾਂ ਨਾਮ ਲਿਆ। ਅਤੇ ਉਸ ਦੇ ਨਾਲ ਜਿਹੜੇ ਵਾਰ ਗਾਇਨ ਦੇ ਮੁਕਾਬਲੇ ਸੀ ਜਾਂ ਹੋਰ ਵੀ ਜਿਹੜੀ ਗਾਇਕੀ ਦੇ ਮੁਕਾਬਲਿਆਂ 'ਚ ਮੈਂ ਭਾਗ ਲੈਂਦਾ ਰਿਹਾ ਜੀ। ਉਦੋਂ ਤੋਂ 92-93 ਤੋਂ ਕਾਫੀ ਕੈਸਟਾਂ, 92 ਦੇ ਵਿੱਚ ਇੱਕ ਪ੍ਰੋਫੈਸਰ ਮੋਹਨ ਸਿੰਘ ਮੇਲਾ ਜਿਹੜਾ ਉਦੋਂ ਪੂਰੀਆਂ ਬੁਲੰਦੀਆਂ 'ਤੇ ਸੀ, ਉਹਦੇ ਵਿੱਚ ਸਾਡੀ ਇੱਕ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੇ ਕੈਸਟ ਰਿਲੀਜ਼ ਕਰੀ ਸੀ, ਨਨਕਾਇਣ, ਪ੍ਰੋਫੈਸਰ ਮੋਹਨ ਸਿੰਘ ਦਾ ਲਿਖਿਆ ਹੋਇਆ ਮਹਾਂਕਾਵਾ ਜਿਹੜਾ, ਉਹ ਨਨਕਾਇਣ, ਉਹ ਉਹਨਾਂ ਨੇ TPM ਕੰਪਨੀ ਟੈਕਸਲਾ ਸਰਬ ਸਾਂਝੀ ਗੁਰਬਾਣੀ ਉਹਨਾਂ ਤੋਂ ਰਿਲੀਜ਼ ਹੋਈ ਸੀ, ਕੁਛ ਕੈਸਟਾਂ ਦੇ ਵਿੱਚ ਵੀ ਕੰਮ ਕਰਿਆ। ਅਤੇ ਉਦੋਂ ਤੋਂ ਹੀ ਲੱਗੇ ਹਾਂ, ਲਗਭਗ ਸੰਨ 96-97 ਤੋਂ ਬਾਅਦ ਜਦੋਂ ਮੈਂ ਸਿੱਖ ਗਿਆ ਪੂਰਾ, ਤਾਂ ਮੈਂ ਕੋਚਿੰਗ ਦਾ ਕੰਮ ਵੀ ਸ਼ੁਰੂ ਕਰਿਆ। ਮੈਂ ਬਹੁਤ ਸਾਰੇ ਸਕੂਲ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਨੇ ਜਿਹੜੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਜਿਹਨਾਂ ਨੂੰ ਵਿਰਾਸਤੀ ਗਾਇਕੀ ਦੀ ਮੈਂ ਸਿੱਖਿਆ ਦੇ ਚੁੱਕਿਆ ਹਾਂ। ਸੋ ਬਿਲਕੁਲ ਸਿੱਖਿਆ ਇਹ ਦੇ ਰਹੇ ਨੇ, ਅਤੇ ਸਾਡਾ ਮਕਸਦ ਵੀ ਇਹਨਾਂ ਕੋਲ ਪਹੁੰਚਣ ਦਾ ਇਹ ਸੀ ਕਿ ਇਹਨਾਂ ਦੇ ਸਿਖਾਏ ਹੋਏ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਇੱਕ ਕਵੀਸ਼ਰੀ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮਕਬੂਲ ਹੋਈ ਹੈ। ਉਹ ਵਿਦਿਆਰਥੀ ਵੀ ਸਾਡੇ ਨਾਲ ਨੇ। ਇਸ ਤੋਂ ਪਹਿਲਾਂ ਕਿ ਆਪਾਂ ਗੱਲਾਂ ਬਾਤਾਂ ਕਰੀਏ ਹੋਰ, ਮੈਂ ਉਹ ਰੰਗ ਜਿਹੜਾ ਹੈ ਬਾਬੂ ਰਜਬ ਅਲੀ ਹੋਣਾ ਦਾ, ਉਹ ਜ਼ਰੂਰ ਸੁਣਨਾ ਚਾਹਾਂਗੇ। ਜ਼ਰੂਰ ਜੀ। ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਘੋਰ ਕਲਯੁੱਗ ਆ ਗਿਆ, ਤਾਂ ਮਰਦਾਨਾ ਜੀ ਕਹਿੰਦੇ, ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਮਰਦਾਨਿਆ ਵੀ ਕਲਯੁੱਗ ਤਾਂ ਹਲੇ ਬਚਪਨ 'ਚ ਆ, ਹਲੇ ਤਾਂ ਜਵਾਨੀ ਜਾਊਗਾ, ਫਿਰ ਇਹਦੇ ਰੰਗ ਦੇਖੀ। ਅੱਛਾ। ਫਿਰ ਕੀ ਹੋਏਗਾ? ਸੋ ਅੱਜ ਦਾ ਜਿਹੜਾ ਸਮਾਂ ਉਹ ਕਲਯੁੱਗ ਆ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ ਕਿਹਾ ਉਹ ਜਵਾਨੀ ਦੇ ਵਿੱਚ ਆ, ਉਹ ਕਲਯੁੱਗ ਦੇ ਵਿੱਚ ਜੋ ਜੋ ਵਰਤਾਰੇ ਨੇ ਉਹਨੂੰ ਸੂਬੇਦਾਰ ਹੰਸ ਸਿੰਘ ਜੀ ਬਰਾੜ ਨੇ ਤਰਜਮ ਮੁਲਕ ਦੇ ਵਿੱਚ ਲਿਖਿਆ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਲੂ ਕਾਲ ਕੇ ਬੀਚ ਮੇਂ ਉਲਟੀ ਚਲ ਗਈ ਕਾਰ, ਮਿੱਤਰ ਦਗਾ ਕਮਾਵ ਦੇ ਕਰ ਮਿੱਤਰ ਸੇ ਪਿਆਰ, ਆਦਿ ਚ ਸਤਿਗੁਰ ਨਾਨਕ ਤਿਆਕੇ ਕਲੰਗੀ ਤਰ ਨੂੰ ਸੀਸ ਨਿਵਾ ਕੇ, ਰਜਬ ਅਲੀ ਖਾਂ ਨੂੰ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਮਾਂ, ਫੁਰਨੇ ਫੁਰਨ ਦਿਮਾਗ ਵਿੱਚੋਂ ਸੁੰਗਣ ਭਾਂਤ ਭਾਂਤ ਦੀ ਖੁਸ਼ਬੂ ਭਾਰ ਸਰੋਤੇ ਬਾਗ ਵਿੱਚੋਂ, ਚੁਣ ਚੁਣ ਸ਼ਬਦ ਮਨਾਂ ਨੂੰ ਮੋਣੇ ਕਲਮ ਦੀ ਡੋਰ ਚ ਹਾਰ ਪਰੋਣੇ, ਇਹ ਕਰਮ ਨਾ ਹੋ ਰਹੀ ਰਕਸ਼ਾ ਬਦਲਿਆ ਕੁੱਲ ਦੁਨੀਆ ਦਾ ਨਕਸ਼ਾ, ਇਹ ਗੱਲ ਹਰ ਥਾਂ ਮਾਨੀ ਦੀ, ਦਿਨ ਕਾਲ ਯੁਗ ਦੇ ਮਾਰੇ ਵਜ ਗਈ ਕਾਰ ਸ਼ਤਾਨੀ ਦੀ, ਗਾਇਕ ਬਣੇ ਮੁਛ ਟੰਡੇ ਕੱਦੂ ਵਿੱਚ ਫਸਾਏ ਡੰਡੇ, ਟੰਗ ਦੀ ਬਾਂਹ ਤੇ ਬਾਂਹ ਦੀ ਟੰਗ ਹੈ ਸੁਰ ਤੋਂ ਬਾਹਰ, ਪਾੜ ਦੇ ਸੰਗ ਹੈ ਕਹਿਣ ਦਗਾਣਾ ਗਾਉਂਦੇ ਹੈ, ਪਿੰਡੋਂ ਸ਼ਹਿਰੋਂ ਲੱਭ ਕੇ ਨਾਲ ਦੀ ਕੁੜੀ ਲਿਆਉਂਦੇ ਹੈ, ਜਾਨਣ ਸੁਰਨਾ ਜਾਨਣ ਤਾਲ ਆਖਣ ਜੋੜੀ ਬੜੀ ਕਮਾਲ, ਝਕਾ ਲਵੇ ਪੰਧੀਰੀ ਹੁਣਦੀ ਇਹ ਕੋਈ ਗੀਤ ਗੂਤ ਨੀ ਸੁਣਦੀ, ਵੇਖੇ ਝਲਕ ਜਨਾਨੀ ਦੀ,
दिन कल युग दे मारे वधगी कार शैतानी दी मुंडे कुड़ियां कर दे ऐशन चल पे पांत पांत दे फैशन अंग ब्यूटी पार्लर विच जाके कुड़ियां आवन केस कटाके झालर लमके मथियां ते हेंगे अखी शहर विच वेखो जे विश्वास नी कथियां ते हेंगे ऐसे सूट सियोंदे टेलर लग जे फिल्म दा दिसण ट्रेलर लगन ना सियाणियां नूं चंगियां इक वटा तिन छातियां नंगियां कर दे रीस गुरानी दी दिन काल युग दे मारे वर्गी कार शैतानी दी बेड़ी कलू काल ने डोबी बाबू दुनिया होगी लोबीगी जीतों बिना न बच दे बिंदन चेले गुरु पीर नूं निंदन मित्र दगा कमाउंदे आंग प्यार मोहब्बतां पाके मगरों ऐ थुक लाउंदे आंग हो गया रब भी जे हो जिया निजता जांदा यार यार ते तिजता बंदे नरकां दे अधिकारी तक्के मित्र यार दी नारी दी ते भैण बेगानी दी दिन कल युग दे मारे वर्गी कार शैतानी दी दिन कल युग दे मारे वर्गी कार शैतानी दी बहुत ही खूब सो बिल्कुल गल तुसीं कलयुग दी कीती है अजकल दी गायकी दी कीती है ते एक बड़ी बहस चलदी है जिसका मैं जिक्र शुरू दे विच वी कीता कि माड़े गीत जिहड़े ने जां फिर गीतां दे बोल जिहड़े ने उह साडी नौजवानी नूं साडे छोटे बच्चियां दी सोच नूं जिहड़ा खोखला कर रहे ने सो इस बारे तुसीं की सोचदे हो बिल्कुल जी अजकल दी जिहड़ी गायकी आ गायकी दे विच कुछ कोई आउण वालीआं पीढ़ियां नूं सेध देण वाला तां कुछ रिहा नहीं जी पर मैं समझदा भी गायकी है जिहड़ी उह सुण दी बजाय हुण दिखाउण वाली ज़्यादा बनाती इहनां लोकां ने ਉਹ ਛੋਟੇ ਛੋਟੇ ਕੱਪੜੇ ਪਾ ਕੇ ਜਿਵੇਂ ਆ ਕਵਿਸ਼ਰੀ ਦੇ ਵਿੱਚ ਬੋਲਿਆ ਜੀ ਨਾ ਕਿਸੇ ਨੂੰ ਸੁਰ ਦਾ ਪਤਾ ਨਾ ਕਿਸੇ ਨੂੰ ਤਾਲ ਦਾ ਪਤਾ ਉਹ ਆਪਣੇ ਆਪਣੇ ਘੋੜੇ ਭਜਾਈ ਜਾ ਰਹੇ ਨੇ ਠੀਕ ਹੈ ਬਹੁਤ ਥੋੜ੍ਹੀ ਗਿਣਤੀ 'ਚ ਨੇ ਚੰਗੇ ਗਾਉਣ ਵਾਲੇ ਵੀ ਹੈਗੇ ਚੰਗੀ ਸੇਧ ਦੇਣ ਵਾਲੇ ਵੀ ਗਾਉਣ ਵਾਲੇ ਹੈਗੇ ਨੇ ਪਰ ਜ਼ਿਆਦਾਤਰ ਆ ਜਿਹੜਾ ਉਹ ਸਮਾਜ ਨੂੰ ਮੈਂ ਕਹਿੰਦਾ ਇੱਕ ਜਿਹੜਾ ਅਜੋਕੀ ਗਾਇਕੀ ਆ ਜੋ ਹਾਲਾਤ ਅੱਜ ਸਮਾਜ ਦੇ ਵਿੱਚ ਹੋ ਰਹੇ ਨੇ ਉੱਥੇ ਤੱਕ ਪਹੁੰਚਾਉਣ ਦੇ ਵਿੱਚ ਇਹ ਗਾਇਕੀ ਦਾ ਵੀ ਵੱਡਾ ਰੋਲ ਆ ਜੀ ਕਿਉਂਕਿ ਜਿਹੋ ਜਿਹਾ ਮਾਰਾ ਧੜਾਂ ਦੀਆਂ ਗੱਲਾਂ ਆਮ ਤੌਰ 'ਤੇ ਜੱਟ ਨੂੰ ਹਥਿਆਰਾਂ ਦਾ ਸ਼ੌਕੀਨ ਲਲਕਾਰੇ ਮਾਰਨ ਵਾਲਾ ਦਿਖਾਇਆ ਜਾਂਦਾ ਪਰ ਅਸਲ ਦੇ ਵਿੱਚ ਤਾਂ ਕਿਸਾਨ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਜੀ ਲਲਕਾਰੇ ਤਾਂ ਉੱਥੋਂ ਕਿੱਥੋਂ ਵੱਜਦੇ ਨੇ ਜਿਹੜੀ ਅਸਲ ਅਸਲੀਅਤ ਆ ਜਿਹੜੀ ਜ਼ਮੀਨ ਦੇ ਉੱਤੇ ਉਹ ਤਾਂ ਲੋਕਾਂ ਦੀ ਬਸ ਹੋਈ ਪਈ ਆ ਜੀ ਸਿਰਫ ਗਾਣਿਆਂ ਦੇ ਵਿੱਚ ਲਲਕਾਰੇ ਮਾਰ ਕੇ ਦਿਖਾਏ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਇਦਾਂ ਦੇ ਗੀਤ ਆਉਂਦੇ ਨੇ ਜਿਨ੍ਹਾਂ ਨੂੰ ਭੰਡਿਆ ਜਾਂਦਾ ਫਿਰ ਉਹ ਭੰਡਣ ਵਾਲੇ ਹੀ ਉਹਨਾਂ ਮਾੜੇ ਗੀਤਾਂ ਦੀ ਮਸ਼ਹੂਰੀ ਕਰ ਦਿੰਦੇ ਨੇ ਜੇ ਉਹ ਭੰਡਣ ਵਾਲੇ ਜਿਹੜੇ ਨੇ ਕੁਛ ਚੰਗਾ ਪ੍ਰਮੋਟ ਕਰਨ ਕਿਉਂਕਿ ਜਦੋਂ ਚੰਗਾ ਗੀਤ ਆਉਂਦਾ ਭੰਡਣ ਵਾਲਿਆਂ ਨੇ ਕਦੀ ਹੋ ਸਕਦਾ ਕਿ ਸ਼ੇਅਰ ਵੀ ਨਾ ਕੀਤਾ ਹੋਵੇ ਜਾਂ ਫਿਰ ਚੰਗੀ ਚੀਜ਼ ਸ਼ੇਅਰ ਨਾ ਕੀਤੀ ਹੋਵੇ ਪਰ ਭੰਡਣ ਵਾਲੇ ਵੀ ਮਾੜੇ ਗੀਤ ਮਸ਼ਹੂਰ ਕਰ ਦਿੰਦੇ ਨੇ ਮੰਨਦੇ ਹੋ ਇਸ ਗੱਲ ਨੂੰ ਬਿਲਕੁਲ ਜੀ ਕਿਉਂਕਿ ਜਿਹੜਾ ਸਾਡਾ ਇਹ ਯੁੱਗ ਆ ਉਹ ਦਿਖਾਵੇ ਦਾ ਰਹਿ ਗਿਆ ਜੀ ਉੱਪਰੋਂ ਕੁਛ ਹੋਰ ਅੰਦਰੋਂ ਕੁਛ ਹੋਰ ਉੱਪਰੋਂ ਵਿਰੋਧ ਕਰਨ ਵਾਲੇ ਵੀ ਕਈ ਨੇ ਜਿਹੜੇ ਮੈਂ ਤਾਂ ਸਮਝਦਾ ਵੀ ਉਹਨਾਂ ਨੂੰ ਇਹ ਚਾਹੀਦਾ ਵੀ ਜਿੰਨਾ ਜ਼ੋਰ ਉਹ ਗਾਇਕੀ ਦੇ ਵਿਰੋਧ 'ਤੇ ਲਾਉਂਦੇ ਨੇ ਉਸ ਤੋਂ ਜ਼ਿਆਦਾ ਜ਼ੋਰ ਆ ਜਿਹੜਾ ਜੇ ਵਿਰਾਸਤੀ ਗਾਇਕੀ ਨੂੰ ਪ੍ਰਮੋਟ ਕਰਨ 'ਤੇ ਲਾਇਆ ਜਾਵੇ ਜਿਵੇਂ ਮੈਂ ਧੰਨਵਾਦ ਕਰਦਾ ਪ੍ਰਾਈਮ ਏਸ਼ੀਆ ਚੈਨਲ ਦਾ ਤੁਹਾਡਾ ਸਾਰੀ ਟੀਮ ਦਾ ਜਿਹੜੇ ਤੁਸੀਂ ਸਾਜਰੇ ਤੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋ ਮੇਰੇ ਗ੍ਰਹਿ ਵਿਖੇ ਆਏ ਹੋ ਤਾਂ ਇਸ ਦੇ ਨਾਲ ਲੋਕਾਂ ਨੂੰ ਜਾਗ ਲੱਗੇ ਆ ਜ਼ਰੂਰ ਲੋਕਾਂ 'ਚ ਨਵੀਂ ਪੀੜ੍ਹੀ ਦੇ ਵਿੱਚ ਜਾਊਗੀ ਜਿਹੜੀ ਵਿਰਾਸਤੀ ਗਾਇਕੀ ਦੇ ਸਰੋਤੇ ਨੇ ਮੈਂ ਦੇਖਿਆ ਇਹ ਨਹੀਂ ਵੀ ਹੈਗੇ ਵੀ ਬਜ਼ੁਰਗ ਨੇ ਤੁਹਾਡੀ ਗੱਲਾਂ ਦੇ ਇਕੱਲੇ ਬਜ਼ੁਰਗ ਸਰੋਤੇ ਨਹੀਂ ਹੈ ਕਿਉਂਕਿ ਉਹਨਾਂ ਦੇ ਤਾਂ ਅੰਦਰ ਰਚਿਆ ਉਹ ਤਾਂ ਸੁਣਦੇ ਹੀ ਇਹੀ ਨੇ ਨਵੀਂ ਪੀੜ੍ਹੀ ਦੇ ਜਿਹੜੇ ਲੋਕ ਨੇ ਉਹ ਵੀ ਇਸ ਗਾਇਕੀ ਨੂੰ ਪਸੰਦ ਕਰਦੇ ਨੇ ਇਹੀ ਆ ਵੀ ਜਿਵੇਂ ਤੁਸੀਂ ਅੱਜ ਸਾਨੂੰ ਪੇਸ਼ ਕਰ ਰਹੇ ਹੋ ਲੋਕਾਂ ਦੀ ਕਚਹਿਰੀ 'ਚ ਮੈਂ ਉਮੀਦ ਕਰਦਾ ਵੀ ਇਹ ਲੋਕ ਜਿਹੜੇ ਵਿਰਾਸਤ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ ਉਹ ਜ਼ਰੂਰ ਇਸ ਨੂੰ ਪਸੰਦ ਕਰਨਗੇ ਗੱਲਬਾਤ ਦੇ ਵਿੱਚ ਕਿ ਇੱਕ ਮੇਲੇ ਦੇ ਵਿੱਚ ਲੋਕਾਂ ਨੂੰ ਇਸੇ ਹੀ ਸਾਜ਼ਾਂ ਦੇ ਨਾਲ ਇਹਨਾਂ ਹੀ ਸਾਜ਼ਾਂ ਦੇ ਨਾਲ ਤੁਸੀਂ ਨਚਾ ਕੇ ਵੀ ਆਏ ਸੀ ਬਿਲਕੁਲ ਸੋ ਰੰਗ ਮੈਂ ਜ਼ਰੂਰ ਚਾਹਾਂਗਾ ਜ਼ਰੂਰ ਜੀ ਜ਼ਰੂਰ ਜੀ ਸੋਹਣੇ ਹਾਰ ਸ਼ਿੰਗਾਰ ਲਗਾ ਕੇ
ਸਭ ਸੱਜਣ ਸੱਜਣ ਆਵੇ ਸੋਹਣਿਆ ਮਿਲਣ ਕੰਗਣਿਆ ਪਾ ਕੇ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਨਾ ਗੁੱਜੇ ਰਹਿੰਦੇ ਨੇ ਕਹਿੰਦੇ ਸ਼ੌਂਕੀ ਲੋਕ ਸਿਆਣੇ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਜੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਅੱਛਾ, ਜਦੋਂ ਨੌਜਵਾਨ ਆਉਂਦੇ ਨੇ ਤੁਹਾਡੇ ਕੋਲ, ਉਹਨਾਂ ਨੂੰ ਤੁਸੀਂ ਸਾਡੇ ਜਿਹੜੇ ਵਿਰਾਸਤੀ ਸਾਜ਼ ਨੇ ਢਾਡੇ, ਸਰੰਗੀਏ, ਅਲਗੋਜ਼ੇ ਨੇ, ਇਹਨਾਂ ਦੀ ਸਿੱਖਿਆ ਦਿੰਦੇ ਹੋ, ਤਾਂ ਕਹਿੰਦੇ ਨੇ ਕਿ ਸਿੱਧਾ ਸਾਦਾ ਸਿਖਾ ਦਿਉ, ਅਸੀਂ ਤਾਂ ਗਾਣੇ ਗਾਉਣੇ ਨੇ ਬਸ ਸਾਨੂੰ ਇਹਨਾਂ ਸਾਜ਼ਾਂ ਨਾਲ, ਕੀ ਇੱਦਾਂ ਦੀ ਵੀ ਕੋਈ ਗੱਲ ਹੁੰਦੀ ਹੈ? ਬਿਲਕੁਲ ਜੀ, ਅਸਲ ਦੇ ਵਿੱਚ ਇਹ ਜਿਹੜਾ ਨੌਜਵਾਨ ਕੁਛ ਲੱਗੇ ਨੇ ਇੱਧਰ ਨੂੰ, ਤਾਂ ਜਿਵੇਂ ਯੂਨੀਵਰਸਿਟੀਆਂ ਦਾ ਹੈਗੇ ਨੇ ਵਿਰਾਸਤੀ ਮੇਲੇ ਹੁੰਦੇ ਨੇ ਜੀ, ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਨੇ ਇੱਕ ਮੁਕਾਬਲੇ ਰੱਖੇ ਹੋਏ ਨੇ ਉਹ ਹੈਰੀਟੇਜ ਫੈਸਟੀਵਲ ਦੇ ਨਾਂ ਦੇ। ਉਹਦੇ ਵਿੱਚ ਕਲੀ ਗਾਇਨ ਦਾ ਮੁਕਾਬਲਾ, ਜਿਹੜਾ ਇੱਕ ਢਾਡੀ ਰਾਗ ਦੇ ਵਿੱਚ ਬਹੁਤ ਹੀ ਮਕਬੂਲ ਛੰਦ ਆ ਕਲੀ, ਕਲੀ ਗਾਉਣ ਦਾ ਮੁਕਾਬਲਾ, ਵਾਰ ਗਾਇਨ ਦਾ ਮੁਕਾਬਲਾ, ਕਵੀਸ਼ਰੀ ਦੇ ਮੁਕਾਬਲੇ, ਲੋਕ ਸਾਜ਼ਾਂ ਦੇ ਮੁਕਾਬਲੇ, ਲੋਕ ਗੀਤਾਂ ਦੇ ਮੁਕਾਬਲੇ, ਫੋਕ ਔਰਕੈਸਟਰਾ ਜਿਹੜੇ ਲੋਕ ਸਾਜ਼ਾਂ ਦਾ ਸਮੂਹ ਆ, ਉਹਨਾਂ ਦੀ ਪੇਸ਼ਕਾਰੀ, ਉਹਦੇ ਰਾਹੀਂ ਬੱਚੇ ਮੇਰੇ ਲਗਭਗ ਹਜ਼ਾਰਾਂ, ਕਿਉਂਕਿ ਮੈਨੂੰ 23-24 ਸਾਲ ਹੋ ਗਏ ਇਹ ਕਾਲਜਾਂ ਦੇ ਵਿੱਚ ਸਿੱਖਿਆ ਦਿੰਦੇ ਨੂੰ, ਪਰ ਉਹਦੇ ਵਿੱਚੋਂ ਬਹੁਤ ਥੋੜ੍ਹੇ ਬੱਚੇ ਨੇ ਉਹ ਮੁਕਾਬਲਾ ਲੜਿਆ ਉਹਨਾਂ ਨੇ। ਬਹੁਤ ਉਹਨਾਂ ਦੇ ਵਿੱਚ ਚੰਗੇ ਵੀ ਹੁੰਦੇ ਨੇ ਜਿਹੜੇ ਲੰਬੇ ਸਮੇਂ ਤੱਕ ਚੱਲਦੇ ਨੇ, ਚੱਲ ਸਕਦੇ ਨੇ, ਪਰ ਉਹ ਨਹੀਂ ਉਹਨਾਂ ਕੁ ਸਮੇਂ ਲਈ ਉਹ ਕਰਕੇ ਜ਼ਿਆਦਾਤਰ ਨੇ ਜਿਹੜੇ ਉਹ ਛੱਡ ਕੇ ਚਲੇ ਜਾਂਦੇ ਨੇ। ਕਾਰਨ ਕੀ ਆ ਵੀ ਜਿਹੜਾ ਅਜੋਕਾ ਯੁੱਗ ਚੱਲ ਰਿਹਾ ਦਿਖਾਵਾਬਾਜ਼ੀ ਵਾਲਾ, ਹਰ ਇੱਕ ਚਾਹੁੰਦਾ ਵੀ ਮੈਂ ਛੇਤੀ ਰਾਤੋ ਰਾਤ ਸਟਾਰ ਬਣਾ। ਦੂਸਰੀ ਵਜ੍ਹਾ ਤੁਹਾਨੂੰ ਇੱਦਾਂ ਨਹੀਂ ਲੱਗਦੀ, ਕਿਉਂਕਿ ਕਵੀਸ਼ਰੀ ਗਾਉਣ ਵਾਲਿਆਂ ਨੂੰ ਓਨੇ ਪੈਸੇ ਨਹੀਂ ਮਿਲਦੇ ਜਿੰਨੇ ਪ੍ਰੋਫੈਸ਼ਨਲ ਸਿੰਗਰਾਂ ਨੂੰ ਮਿਲਦੇ ਨੇ, ਗਾਇਕਾਂ ਨੂੰ ਮਿਲਦੇ ਨੇ, ਸੋ ਇਹ ਵੀ ਪੱਖ ਅੱਜ ਦੇ ਨੌਜਵਾਨ ਸਮਝ ਲੈਂਦੇ ਨੇ? ਬਹੁਤ ਜ਼ਰੂਰੀ ਆ ਜੀ। ਮੇਰੀ ਥੋੜ੍ਹੇ ਦਿਨ ਪਹਿਲਾਂ ਇੱਕ ਗੱਲ ਹੋਈ ਅਤੇ ਗੱਲ ਕਰਨ ਲੱਗੇ ਆਪਣੇ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ, ਉਹ ਇਸ ਦੁਨੀਆਂ ਤੋਂ ਗਏ ਨੇ ਜੀ, ਉਹ ਕਹਿੰਦੇ ਵੀ ਉਹ ਕਹਿੰਦੇ ਸੀ ਵੀ ਮੈਂ ਕੀਰਤਨ ਦਾ 50,000 ਰੁਪਈਆ ਲੈਣਾ ਜੀ। ਕਈ ਨਾਲ ਦੇ ਰਾਗੀ ਵੀ ਇਤਰਾਜ਼ ਕਰਦੇ ਸੀ ਜਾਂ ਉਹ ਸੁਣਨ ਵਾਲੇ ਵੀ ਕਹਿੰਦੇ ਸੀ ਵੀ ਇਹ ਪੈਸੇ ਕਿਉਂ ਮੰਗ ਰਿਹਾ, ਪਰ ਜਦੋਂ ਅਸੀਂ ਜਿਹੜੇ ਬੇਸਿਰ ਪੈਰੇ ਗਾਇਕ ਨੇ ਜਿਨ੍ਹਾਂ ਨੇ ਸਾਡੇ ਸਮਾਜ ਦਾ ਭੱਠਾ ਬਿਠਾਇਆ, ਜਦੋਂ ਉਹ ਕਿਤੇ 10-12 ਲੱਖ ਰੁਪਈਆ ਮੰਗ ਲੈਣ ਤਾਂ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ। ਇਹ ਜਿਹੜੇ ਵਿਰਾਸਤ ਨੂੰ ਸੰਭਾਲੀ ਬੈਠੇ ਲੋਕ ਨੇ, ਅੱਜ ਜਿਹੜੀ ਲੋਕ ਢਾਡੀ ਕਲਾ ਜਿਹੜਾ ਵਿਰਾਸਤੀ ਢਾਡੀ ਦਾ ਇੱਕ ਅੰਗ ਆ ਜੀ, ਜਿਹਦੇ 'ਚ ਬਹੁਤ ਵੱਡੇ ਵੱਡੇ ਜਿਨ੍ਹਾਂ ਨੂੰ ਰਾਜੇ ਮਹਾਰਾਜਿਆਂ ਦੇ ਦਰਬਾਰੀ ਢਾਡੀ ਵੀ ਸੀਗੇ ਜੀ, ਅਰ ਢਾਡੀ ਕਲਾ ਜਿਹੜੀ ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਢਾਡੀ ਕਿਹਾ ਆਪਣੀ ਬਾਣੀ ਦੇ ਵਿੱਚ, ਪਰ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰੀਆਂ ਤਾਂ ਢਾਡੀਆਂ ਨੂੰ ਇੰਨਾ ਵੱਡਾ ਮਾਣ ਦਿੱਤਾ ਕਿ ਨੱਥਾ ਅਤੇ ਅਬਦੁੱਲਾ ਨਾਂ ਦੇ ਢਾਡੀ ਜੀ ਜਿਹੜੇ ਉਸ ਸਮੇਂ ਉਹ ਚੰਗਾ ਨਾਂ ਸੀ, ਉਹਨਾਂ ਨੂੰ ਹਾਥੀਆਂ ਦੇ ਬਿਠਾ ਕੇ ਉਹਨਾਂ ਨੂੰ ਮਾਨ ਸਨਮਾਨਾਂ ਨਾਲ ਦਰਬਾਰ ਵਿੱਚ ਲੈ ਕੇ ਆਏ। ਉਹਨਾਂ ਦੀ ਡਿਊਟੀ ਲਾਈ ਵੀ ਜਿਹੜੀ ਮੁਰਦਾ ਹੋ ਚੁੱਕੀ ਕੌਮ ਆ ਉਹਨਾਂ ਨੂੰ ਤੁਸੀਂ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਇਹਨਾਂ 'ਚ ਜੋਸ਼ ਭਰੋ। ਅੱਛਾ, ਉਸ ਤੋਂ ਬਾਅਦ ਵੀ ਰਾਜੇ ਮਹਾਰਾਜੇ ਨੇ ਜਿਹੜੇ ਉਹ ਬਹੁਤ ਸਾਰੇ ਨੇ ਢਾਡੀਆਂ ਨੂੰ ਜਿਹੜਾ ਆਪਦੇ ਦਰਬਾਰਾਂ 'ਚ ਮਾਣ ਦਿੰਦੇ ਰਹੇ ਨੇ, ਪਰ ਅੱਜ ਤਾਂ ਨਾ ਕੋਈ ਸਰਕਾਰ ਪੁੱਛਦੀ ਹੈ ਅਤੇ ਲੋਕ ਵੀ ਜਿਹੜੀ ਆ ਉਹ ਇੱਕ ਦੌੜ, ਇੱਕ ਮਸ਼ੀਨੀ ਯੁੱਗ ਜਿਹੜੇ ਵਿੱਚ ਆਪਾਂ ਵਿਚਰ ਰਹੇ ਹਾਂ, ਭਾਵੇਂ ਹੁਣ ਹੌਲੀ ਹੌਲੀ ਲੋਕ ਉਹ ਤੋਂ ਉਕਤਾ ਚੁੱਕੇ ਨੇ ਜੀ, ਇੱਧਰ ਨੂੰ ਮੋੜਾ ਪਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਤਾਂ ਉਹ ਜਿਹੜੇ ਨੌਜਵਾਨ ਆ ਕੁਦਰਤੀ ਆ ਉਹਨਾਂ ਦਾ ਇਸ ਵਹਿਣ ਦੇ ਵਿੱਚ ਬਹਿਣਾ ਜੀ, ਉਹ ਹਰ ਇੱਕ ਚਾਹੁੰਦਾ ਆ ਸਾਡੇ ਨਾਲ ਦੇ ਮੁੰਡੇ ਨੇ
मनप्रीत सिंह है नाम तो इन्हें बदल के मनु मिर्जा रख लिया। अच्छा टिकटॉक से वीडियो पाउनिया शुरू करी है, चलो व्यू भी होए पर इन्हें इन्ना वधिया गला भी इन्हें नाल टिकटॉक से जो अजकल वह चलता ओदी बजाए जिहड़ियां विरासती गायकी दियां भी वनियां पाईयां ने जिहड़ियां लोकां ने पसंद करियां अपने क्लिप कट कट के विरासती गायकी दे पाए ने उहदे राहीं लोकां तक पहुंचे हाँ, क्योंकि जिहड़े हुण दे सारे टैक्नीकल साधन ने जे आपां वरतीए ते उहदे राहीं इह वी इक ड्रॉबैक कह सकदे जिहड़े पुराने गायक ने लोक ढाडी कला दे सिर्फ चार जां पंज ग्रुप ने सारे पंजाब च रहे ने जी जिहड़े पहलां बहुत वड्डी गिणती च हुंदे उह बजुर्ग ने जिहड़े उह साडे तों विछड़ गए पंडित विद्यासागर जी ढेलों वड्डा नाम सी वलायत खां गोसला जिन्हां नूं राष्ट्रपति अवार्ड मिलिया ਉਹ ਵੀ ਇੱਥੋਂ ਵਿਛੜ ਗਏ। ਮੇਰੇ ਉਸਤਾਦ ਸਵਰਗਵਾਸੀ ਕਨਾਮ ਸਿੰਘ ਗੋਪਾਲਪੁਰ ਜੀ, ਅਰਜਨ ਗਵਾਰਾ ਜੀ, ਰਾਜਮਾਨ ਦਿਆਗੜ੍ਹ ਵਾਲੇ ਬਹੁਤ ਵੱਡੇ ਢਾਡੀ ਸੀਦੂ ਸ਼ਰੀਫ ਜੀ। ਅੱਛਾ ਖਾਸ ਗੱਲ ਇਹ ਲੱਗੀ ਕਿ ਤੁਸੀਂ ਇਹ ਆਖਿਆ ਕਿ ਜਿਹੜੇ ਵੀ ਲੋਕ ਤੁਹਾਡੇ ਕੋਲ ਸਿੱਖਣ ਨੂੰ ਆਉਂਦੇ ਨੇ ਨਵੇਂ ਮੁੰਡੇ ਕੁੜੀਆਂ ਚਾਹੇ ਕੋਈ ਵੀ ਜਿਹੜਾ ਇਹਨਾਂ ਸਾਜ਼ਾਂ ਨੂੰ ਸਿੱਖਣਾ ਚਾਹੁੰਦਾ ਹੈ ਗਾਇਕੀ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਜਿਹੜੀ ਫੀਸ ਹੈ ਉਹਨਾਂ ਕੋਲੋਂ ਨਹੀਂ ਵਸੂਲਦੇ ਸਗੋਂ ਖੁਦ ਚਾਹ ਪਾਣੀ ਜਿਹੜਾ ਹੈ ਉਹਨਾਂ ਤੱਕ ਪਹੁੰਚਾਉਂਦੇ ਹੋ ਕਿ ਕਿਸੇ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਰਹੇ। ਬਿਲਕੁਲ ਜੀ, ਜਿਹੜਾ ਮੈਨੂੰ ਕਾਫੀ ਬੱਚੇ ਨੇ ਜਿਹੜੇ ਸੰਪਰਕ ਕਰਦੇ ਨੇ ਵੀ ਅਸੀਂ ਸੰਗੀਤ ਸਿੱਖਣੀ ਆ ਜੀ, ਢੜ ਸਿੱਖਣੀ ਆ ਜਾਂ ਵਿਰਾਸਤੀ ਗਾਇਕੀ ਸਿੱਖਣੀ ਆ ਜਾਂ ਕਵੀਸ਼ਰੀ ਸਿੱਖਣੀ ਆ ਤਾਂ ਤੁਸੀਂ ਆਮ ਜੋ ਚੱਲ ਰਿਹਾ ਅੱਜ ਕੱਲ੍ਹ ਵੀ ਫੀਸ ਕੀ ਹੋਊਗੀ, ਫੀਸ ਕੀ ਹੋਊਗੀ, ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਸਾਡੀ ਫੀਸ ਕੋਈ ਨਹੀਂ, ਮੈਨੂੰ ਫੋਨ ਕਰਕੇ ਮੇਰਾ ਟਾਈਮ ਲੈ ਕੇ ਤੁਸੀਂ ਜਦੋਂ ਮੈਂ ਹਾਜ਼ਰ ਹਾਂ ਤੁਸੀਂ ਆਓ ਜੀ, ਸਦਕੇ ਤੁਹਾਨੂੰ ਚਾਹ ਪਾਣੀ ਵੀ ਪ੍ਰਸ਼ਾਦੇ ਦੀ ਜ਼ਰੂਰਤ, ਜੇ ਕੋਈ ਰਹਿੰਦਾ ਇਹ ਮੁੰਡੇ ਨੇ ਮੇਰੇ ਕੋਲ ਕਈ ਕਈ ਰਾਤਾਂ ਰਹਿ ਕੇ ਵੀ ਮਿਹਨਤਾਂ ਕਰੀਆਂ ਇਹਨਾਂ ਨੇ ਜੀ, ਮੇਰੇ ਕੋਲ ਰਹਿਣਾ ਨੂੰ ਰਹਿਣ ਨੂੰ ਜਗ੍ਹਾ ਅਤੇ ਇਹਨਾਂ ਨੂੰ ਜੋ ਤਿਲ ਫੁੱਲ ਸਾਡੇ ਇਹ ਨਹੀਂ ਹੈਗਾ ਵੀ ਹੈ ਜੋ ਅਸੀਂ ਆਪ ਪਰਿਵਾਰ 'ਚ ਖਾਂਦੇ ਹਾਂ ਜਿੰਨਾ ਕੁ ਵਧੀਆ ਢੰਗ ਨਾਲ ਉਸੇ ਪਿਆਰ ਸਤਿਕਾਰ ਨਾਲ ਉਹਨਾਂ ਬੱਚਿਆਂ ਨੂੰ ਵੀ ਆਪਦੇ ਬੱਚਿਆਂ ਦੀ ਤਰ੍ਹਾਂ, ਅਤੇ ਕੁਛ ਬੱਚੇ ਕਾਫੀ ਐਸੇ ਵੀ ਨੇ ਜਿਨ੍ਹਾਂ ਨੂੰ ਨਾਲ ਦੀ ਨਾਲ ਮੈਂ ਉਹ ਪ੍ਰੇਰਿਤ ਕਰਕੇ ਵੀ ਕਾਲਜਾਂ ਦੇ ਵਿੱਚ ਦਾਖਲੇ ਵੀ ਦਵਾਏ, ਕੁਛ ਕਾਲਜ ਵਾਲਿਆਂ ਨੂੰ ਬੇਨਤੀ ਕਰਕੇ ਵੀ ਇਹ ਕਲਾਕਾਰ ਆ ਬੱਚਾ ਕਲਾਕਾਰ ਵਧੀਆ ਬਣ ਸਕਦਾ ਇਹਦੀ ਫੀਸ 'ਚ ਕੁਛ ਮਾਫ਼ੀ ਕਰ ਦਿਓ, ਕੁਛ ਮੈਂ ਫੀਸ ਦੀ ਮਦਦ ਕਰੀ ਥੋੜ੍ਹੀ ਮੋਟੀ ਜਿੰਨੀ ਕੁ ਵੀ ਮੇਰੀ ਪਹੁੰਚ ਹੋ ਸਕੀ, ਬੀ ਐੱਡ ਤੱਕ ਵੀ ਬੱਚਿਆਂ ਨੇ ਕਰੀ ਆ ਜਿਹੜੀ ਉਹਨਾਂ ਨੂੰ ਮਦਦ ਦਵਾਈ ਕਿਸੇ ਮਿੱਤਰਾਂ ਵੀਰਾਂ ਤੋਂ ਕਹਿ ਕੇ ਜਾਂ ਆਪ ਕਰੀ, ਐੱਮ ਏ ਦੀਆਂ ਪੜ੍ਹਾਈਆਂ ਵੀ ਬੱਚੇ ਪੜ੍ਹ ਰਹੇ ਨੇ ਉਹ ਵੀ ਅਸੀਂ ਕਰਦੇ ਰਹਿੰਦੇ ਹਾਂ ਤਾਂ ਕਿ ਇਹ ਜਿਹੜੀ ਸਾਡੀ ਵਿਰਾਸਤ ਆ ਇਸ ਨੂੰ ਸੰਭਾਲਣ ਵਾਲੇ ਇਸ ਦੇ ਝੰਡਾ ਬਰਦਾਰ ਜਿਹੜੇ ਉਹ ਚੱਲ ਪੈਣ। ਅੱਛਾ ਜਾਂਦੇ ਜਾਂਦੇ ਕੋਈ ਲੋਕ ਰੰਗ ਵੀ ਮੈਂ ਚਾਹਾਂਗਾ ਕਿ ਇਹਨਾਂ ਸਾਜ਼ਾਂ ਦੇ ਨਾਲ ਤੁਸੀਂ ਦਰਸ਼ਕਾਂ ਨੂੰ ਸੁਣਾਓ ਕੋਈ ਲੋਕ ਤੱਤ। ਜ਼ਰੂਰ ਜੀ, ਇੱਕ ਨਾ ਜਿਹੜੀ ਢਾਡੀ ਕਲਾ ਜੀ, ਲੋਕ ਢਾਡੀ ਕਲਾ ਜੀ, ਉਹਦੀ ਸਾਰਿਆਂ ਨਾਲੋਂ ਜ਼ਿਆਦਾ ਮਕਬੂਲ ਬਣ ਗਈ ਕਲੀ ਆ ਜੀ, ਹੀਰ ਦੀਆਂ ਕਲੀਆਂ। ਸਾਡੇ ਲੁਧਿਆਣੇ ਜ਼ਿਲ੍ਹੇ ਦੇ ਹਜੂਰਾ ਸਿੰਘ ਗਰੇਵਾਲ ਬਟਾਰੀ ਹੋਏ ਨੇ, ਬਟਾਰੀ ਪਿੰਡ ਆ, ਉਹਨਾਂ ਨੇ 996 ਕਲੀਆਂ 'ਚ ਹੀਰ ਲਿਖੀ। ਅੱਛਾ, ਅਰ ਜਿਹੜੀ ਉਹ ਪਾਕਿਸਤਾਨ ਦੇ ਵਿੱਚ ਅਗਰ ਤੂੰਬੇ ਲਗੋਜੇ ਵਾਲੇ ਗਾਇਕ ਗਾਉਂਦੇ ਨੇ ਤਾਂ ਵੀ ਉਹ ਕਲੀਆਂ ਜ਼ਿਆਦਾਤਰ ਗਾਉਂਦੇ ਨੇ, ਇੱਥੇ ਅਗਰ ਉਹ ਗਾਈਆਂ ਜਾਂਦੀਆਂ ਨੇ ਤਾਂ ਵੀ ਉਹ ਗਾਈ ਜਾਂਦੀਆਂ ਨੇ। ਕਿਉਂ ਨਾ ਉਹ ਆਪਣੇ ਦਰਸ਼ਕਾਂ ਨੂੰ ਵੀ ਸੁਣਾਈਏ। ਹਾਂ ਜ਼ਰੂਰ ਜੀ, ਅਸੀਂ ਇੱਕ ਕਲੀ ਦਾ ਰੰਗ ਜੀ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ। ਦੁਖੀ ਸੰਸਾਰ ਤੇ ਉਹ ਬੰਦਾ ਜਿਹਦੇ ਘਰ ਉਹ ਕਲਛਣੀ ਨਾਰ ਹੋਵੇ। ਉਹ ਚੌਥਾ ਦੁਖੀ ਸੰਸਾਰ ਤੇ ਉਹ ਬੰਦਾ ਜਿਹਦਾ ਰੱਬ ਦੇ ਨਾਲ ਨਾ ਪਿਆਰ ਹੋਵੇ। ਹੱਸ ਉਤਰੇ ਮੋੜ ਤੇ ਲੋਕ ਉਡਾਵਣ ਜਾਣ, ਭੋਲੇ ਲੋਕ ਨਾ ਜਾਣਦੇ ਹੰਸ ਨਾ ਦਾਣੇ ਖਾਣ। ਜਦੋਂ ਰਾਂਝਾ ਗੁਰੂ ਗੋਰਖ ਕੋਲੇ ਆ ਗਿਆ ਓ ਹੰਸ ਪੰਜਾਬ ਦੇ ਓ, ਤਾਂ ਰਾਂਝਾ ਆਪਣੀ ਹੀਰ ਦੀਆਂ ਨਿਸ਼ਾਨੀਆਂ ਗੁਰੂ ਗੋਰਖਨਾਥ ਨੂੰ ਹੈ ਇਹੋ ਦੱਸਦਾ ਬਈ। ਮੇਰੇ ਮੂੰਹੋਂ
ਰਾਜ ਦੀ ਹੀਰ ਸਿਰਾਲੀ ਹੀਰ ਸਿਰਾਲੀ ਲੱਗੇ ਜਾਣ ਤੋਂ ਪਿਆਰੀ ਕੁੱਲ ਦੁਨੀਆ ਨੂੰ ਦਿਸਦੀ ਆ ਬਹਿ ਕੇ ਦਿਸਦੀ ਸਾਰੀ ਮੈਂ ਪੱਟ ਲਿਆ ਉਹਦੀ ਰਾਲ ਉਹਦੇ ਰੇਸ਼ਮੀ ਰੁਮਾਲ ਦੇ ਮੈਂ ਪੱਟ ਲਿਆ ਉਹਦੇ ਬੁੱਲੀਆਂ ਦੇ ਸੁਰਖਿਤ ਗੱਲ ਸੁਣ ਲਓ ਹੰਸ ਪੰਜਾਬ ਦਿਓ ਮੇਲੇ ਹੋਣਗੇ ਬਈ ਕੱਜ ਦੀਆਂ ਵਿਛੜੀਆਂ ਰੂਹਾਂ ਦੇ ਬਿਜਲੀ ਦੀ ਚਮਕਾਰੀ ਦੋਸਤੋ ਉਮੀਦ ਕਰਦੇ ਹਾਂ ਕਿ ਇਹ ਰੰਗ ਪੰਜਾਬ ਦੀ ਵਿਰਾਸਤ ਦੇ ਸਾਡੇ ਲੋਕ ਸੰਗੀਤ ਦੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਸੋ ਧੰਨਵਾਦ ਕਰਦੇ ਹਾਂ ਅਸੀਂ ਪੂਰੀ ਟੀਮ ਦਾ ਤੁਹਾਡਾ ਕਿ ਤੁਸੀਂ ਅਜਿਹੇ ਰੰਗਾਂ ਨੂੰ ਸਾਂਭੀ ਬੈਠੇ ਹੋ ਅਤੇ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੇ ਕੀਤੇ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਰਾਹਾਂ ਦੇ ਉੱਤੇ ਜ਼ਰੂਰ ਚੱਲਦੇ ਰਹੋਗੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਵੀ ਤੁਹਾਡਾ ਸਾਰੀ ਟੀਮ ਦਾ ਅਤੇ ਪ੍ਰਾਈਮ ਏਸ਼ੀਆ ਟੀ ਵੀ ਦਾ ਜਿਨ੍ਹਾਂ ਨੇ ਇਸ ਵਿਸਰਦੀ ਜਾ ਰਹੀ ਵਿਰਾਸਤ ਨੂੰ ਲੋਕਾਂ ਤੱਕ ਲਿਜਾਣ ਦਾ ਐਡਾ ਵੱਡਾ ਉਪਰਾਲਾ ਕਰਿਆ। ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਮੀਦ ਕਰਦੇ ਹਾਂ ਸਾਰੇ ਸਰੋਤਿਆਂ ਕੋਲੋਂ ਕਿ ਅਸੀਂ ਇਹ ਜਿਹੜੇ ਅਨਮੋਲ ਹੀਰੇ ਅਜਿਹੀ ਗਾਇਕੀ ਦੇ ਵਿਰਾਸਤੀ ਗਾਇਕੀ ਦੇ ਸਾਡੇ ਕੋਲੋਂ ਵਿਛੜਦੇ ਜਾ ਰਹੇ ਨੇ। ਮੇਰਾ ਖਿਆਲ ਆ ਵੀ ਜਿੰਨੀ ਉਮਰ ਦੇ ਮੁੰਡੇ ਨੇ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ, ਗੁਰਪ੍ਰੀਤ ਆ ਐੱਮ ਏ ਵੋਕਲ ਦੀ ਇਹ ਕਰ ਚੁੱਕੇ ਆ ਜੀ, ਮਨਪ੍ਰੀਤ ਐੱਮ ਏ ਦਾ ਵਿਦਿਆਰਥੀ ਹੈ, ਇਹ ਵੀ ਐੱਮ ਏ ਦਾ ਵਿਦਿਆਰਥੀ ਆ ਅਤੇ ਮੈਂ ਵੀ ਪੋਸਟ ਗ੍ਰੈਜੂਏਟ ਐੱਮ ਏ ਕਰ ਚੁੱਕੇ ਹਾਂ, ਵੀ ਪੜ੍ਹੀ ਲਿਖੀ ਜਿਹੜੀ ਪੀੜ੍ਹੀ ਆ ਉਹ ਇੱਧਰ ਨੂੰ ਥੋੜ੍ਹੀ ਮੋਟੀ ਆਵੇ। ਜੇ ਤੁਹਾਡੇ ਜਿਹੇ ਜਿਹੜੇ ਵਧੀਆ ਚੈਨਲ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਣਗੇ ਤਾਂ ਮੈਂ ਉਮੀਦ ਕਰਦਾ ਵੀ ਜ਼ਰੂਰ ਨਵੀਂ ਪੀੜ੍ਹੀ ਇਸ ਵੱਲ ਨੂੰ ਆ ਗਈ ਅਤੇ ਆਪਣੀਆਂ ਵਿਰਾਸਤ ਨੂੰ, ਆਪਣੀਆਂ ਜੜ੍ਹਾਂ ਨੂੰ, ਜਿਵੇਂ ਅਸੀਂ ਗੀਤ ਪਹਿਲਾਂ ਗਾਇਆ ਸ਼ੌਂਕੀ ਸਾਹਿਬ ਦਾ, ਅਮਰ ਸਿੰਘ ਸ਼ੌਂਕੀ ਸਾਹਿਬ ਅੱਜ ਵੀ ਦਿਲਾਂ 'ਤੇ ਲੋਕਾਂ ਦੇ ਰਾਜ ਕਰ ਰਹੇ ਨੇ ਜੀ, ਦੋ ਤਾਰਾ ਵੱਜਦਾ ਵੀ ਉਹਨਾਂ ਦਾ ਲਿਖਿਆ ਗੀਤ ਆ। ਹੁਣ ਵੀ
अजोकी गायकी दे विच भी जिहड़ा शोर शराबे दे विच भी इन्हां गीतां नूं पा के उह गा रहे ने उत्थे भी चल रहे ने पर जे असीं विरासती गायकां नाल विरासती साजां दे नाल इह गायकी नूं लै के जावांगे लोकां तक लोक पसंद करनगे एक बारी फिर सारे ही टीम दा बहुत बहुत धन्नवाद। सो दोस्तों उम्मीद करते हैं कि प्रोग्राम तुहानूं पसंद आया होगा। सो हमेशा साडी कोशिश तुहाडे तक कुछ चंगा पेश करन दी रहिंदी है ते इस कोशिश दे तहत अज इन्हां लोक रंगां नूं तुसीं माणिया। सो प्रोग्रामां दे विच कुछ होर नवें रंग लै के आउण वाले समें दे विच इदां ही तुहाडे तक पहुँचते रहांगे। तुसीं जुड़े रहो इदां ही प्राइम एशिया टीवी दे नाल।